ਵੀਡੀਓ ਬਣਾਉਣ ਲੱਗਿਆ ਵੀਡੀਓ ਬਣਾਉਣਾ ਤੇ ਕੈਮਰਾ ਪ੍ਰਬੰਧਕ ਵੀਰਾਂ ਦਾ ਸੁਨੇਹ ਦਿੱਤੇ ਕਿਉਂਕਿ ਵਾਢੀ ਦਾ ਮੌਸਮ ਬਾਈ ਹੁਣਾਂ ਨੂੰ ਹੱਥ ਮਿਲਾਇਆ ਤੇ ਬਾਈ ਨੇ ਆਪਾਂ ਉੱਧਰ ਤੇ ਰਿਸ਼ਤੇਦਾਰ ਪਾਉਂਦਾ ਨੀ ਸਾਡੇ ਨਾਲ ਤੁਸੀਂ ਆਪਾਂ ਲੋਕਾਂ ਨੇ ਹੱਥ ਮਿਲਾਉਣਾ ਇੱਥੇ ਵੀ ਬੈਠੇ ਕਹਿੰਦਾ ਰਿਸ਼ਤੇਦਾਰ ਕਿ ਆਇਆ ਕਲਦੀਪ ਮੈਂ ਹੁਣ ਸੁਖਦੇਵ ਜੀ ਨੂੰ ਪੁੱਛਿਆ ਵੀ ਮੇਰਾ ਰਿਸ਼ਤੇਦਾਰ ਰੈਸਟੋਰੈਂਟ ਜਾ ਆਇਆ ਕਿਉਂ ਨੀ ਤੇ ਮੇਰੇ ਕੰਮ ਦੇ ਵਿੱਚ ਤੁਹਾਡਾ ਸ਼ੁਕਰੀਆ ਅਦਾ ਕਰਦਾ ਪਾਰਟੀ ਬਹੁਤ ਵੱਡਾ ਜੇਵਾ ਹੁੰਦਾ ਹਾੜੀ ਸਿਖਾਉਣੀ ਦੋ ਫਸਲਾਂ ਜਿਹੜਾ ਬੀਜਦਾ ਕਿਸਾਨ ਭਰਾ ਇਹ ਖੇਤ ਮਜ਼ਦੂਰ ਪੁੱਤਾਂ ਨੂੰ ਬਾਲਦੇ ਆ ਤੇ ਬੜਾ ਜ਼ਰੂਰੀ ਹੁੰਦਾ ਕਿ ਉਹਨੂੰ ਸਮੇਂ ਸਿਰ ਸੰਭਾਲ ਕਰੇ ਆਪਣੇ ਰੁਪਏ ਦੇ ਵਿੱਚੋਂ ਬੜਾ ਸਮਾਂ ਕੱਢਿਆ ਦਰਸ਼ਨ ਦਿੱਤੇ ਆ ਮੈਂ ਰਹੀ ਆ ਸੰਖੇਪ ਦੇ ਵਿੱਚ ਬੇਨਤੀ ਕਰਦਾ ਉੱਨੀ ਗਰੀਬ ਨੂੰ ਸਿਖਾਉਣੀ ਆ ਵੋਟ ਲੋਕ ਸਭਾ ਵੋਟ ਪਾਉਣ ਤੋਂ ਪਹਿਲਾਂ ਜਵਾਕ ਬੱਚੇ ਪੇਪਰ ਦਿੰਦੇ ਆ ਪੇਪਰ ਫਿਰ ਟੀਚਰ ਚੈੱਕ ਕਰਦੇ ਕਿਹੜੇ ਸਬਜੈਕਟ ਦੇ ਵਿੱਚੋਂ ਬੱਚੇ ਨੇ ਕਿੰਨੇ ਨੰਬਰ ਪ੍ਰਾਪਤ ਕੀਤੇ ਆ ਰਿਪੋਰਟ ਕਾਰਡ ਜਿਹੜੀ 19 ਤਰੀਕ ਨੂੰ ਤੁਸੀਂ 5 ਸਾਲ ਦਾ ਲੇਖਾ ਦੇਖਾ ਕਰਕੇ ਮਾਰਕਿੰਗ ਕਰਨੀ ਆ ਨੰਬਰ ਦੇਣੇ ਆ ਰਿਪੋਰਟ ਕਾਰਡ ਰੈਡੀ ਕਰਨਾ ਰਿਪੋਰਟ ਕਾਰਡ ਰੈਡੀ ਕਰਨ ਤੋਂ ਪਹਿਲਾਂ ਮੇਰੀ ਆਦਤ ਸਾਹਿਬ ਦੇਖਦੀ ਆ 5 ਸਾਲ ਦਾ ਲੇਖਾ ਦੇਖਾ ਜ਼ਰੂਰ ਕਰੇ ਇੱਕ ਨੌਜਵਾਨ ਖੜਾ ਹੋ
ਮੈਨੂੰ ਲੱਗਿਆ ਵੀ ਇਹ ਦੁਨੀਆਂ ਕੋਈ ਉਹਦਾ ਕੰਮ ਕਰਾ ਕੇ ਆਇਆ। ਉਹ ਉੱਠ ਖੜਾ ਹੋਇਆ, ਕਹਿੰਦਾ ਵੈਦ ਸਾਹਿਬ ਕਿਹੜੇ ਸਵਾਲ ਕਰੀ ਜਾਂਦਾ, ਜੇ ਡਾਕਟਰ ਹੋਵੇਗਾ ਤੈਨੂੰ ਅਡਰੈਸ ਦੱਸੀ, ਜੇ ਡਾਕਟਰ ਹੈ ਹੀ ਤਾਂ ਅਡਰੈਸ ਕਿੱਥੋਂ ਦੱਸ ਦੀ। ਪਤਾ ਲੱਗ ਗਿਆ ਵੀ ਅੱਗੀ ਦਾ ਪਤਾ ਨਹੀਂ। ਬਾਬਾ ਜੀ ਸ਼ੁਕਰੀਆ ਤੁਹਾਡਾ, ਜਦੋਂ ਬਾਬੇ ਸ਼ਿਕਾਰੇ ਲਾਉਣ ਲੱਗ ਜਾਂਦੇ ਤਾਂ ਸਮਝ ਲਓ ਮੰਜ਼ਿਲਾਂ ਸਾਰ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ। ਮੈਂ ਤੁਹਾਡੀਆਂ ਦੁਆਵਾਂ ਤੇ ਹੱਲਾਂ ਚੇਰੀਆਂ ਨੇ ਦੋਸਤੋ, ਮੇਰੇ ਕੋਲ ਕੁਛ ਨਹੀਂ ਹੈਗਾ, ਮੇਰੀ ਔਕਾਤ ਨਹੀਂ, ਮੈਂ ਸਮੇਂ ਦੇ ਪਾਵਰਫੁਲ ਲੋਕਾਂ ਦਾ ਸਾਹਮਣਾ ਕਰ ਆਈਆਂ। ਤੁਹਾਡੀਆਂ ਹੱਲਾਂ ਚੇਰੀਆਂ ਨੇ ਕਿ ਕਾਕਰੇ ਪੁੱਤ ਫੱਟੇ ਤੇਰੇ ਨਾਲ ਖੜੇ, ਕਾਕਰੇ ਬਾਈ ਫੱਟੇ ਤੇਰੇ ਨਾਲ ਖੜੇ। ਇਹ ਤੁਹਾਡੀਆਂ ਹੱਲਾਂ ਚੇਰੀਆਂ ਬਹੁਤ ਵੱਡੀ ਸ਼ਕਤੀ ਹੈ, ਬਹੁਤ ਵੱਡਾ ਕੰਮ ਹੈ। ਅੱਜ ਸਾਰੀ ਦੁਨੀਆ ਬੜੀ ਛੋਟੀ ਹੋਈ ਹੈ, ਹਰੇਕ ਦੀ ਜੇਬ ਦੇ ਵਿੱਚ ਮੋਬਾਈਲ, ਉਸ ਮੋਬਾਈਲ ਦੇ ਵਿੱਚ ਦੁਨੀਆ ਬੰਦ ਹੈ। ਉਸ ਮੋਬਾਈਲ ਦੇ ਵਿੱਚ ਹੁਣ ਮੈਂ ਇੱਥੇ ਗੱਲ ਕਰ ਰਿਹਾ ਤੇ ਦੋਸਤ ਵੀਡੀਓ ਲਾਈਵ ਕਰ ਰਿਹਾ, ਪੂਰੀ ਦੁਨੀਆਂ ਚ ਬੈਠਾ ਪੰਜਾਬੀ ਪੂਰੀ ਦੁਨੀਆਂ ਨੂੰ ਦੇਖ ਕਰਦੀ। ਸਾਡੇ 25,000 ਵਾਲਾ ਅਫਸਰ ਫੜਿਆ, ਜਿਹੜਾ ਗਰੀਬ ਮਾਸਟਰ ਨੌਜਵਾਨ ਜਿਹਨੇ ਉਦਮ ਕੀਤਾ ਵੀ ਮੈਂ ਦੋ ਮਸ਼ੀਨਾਂ ਲੈ ਲਾ, ਫੈਕਟਰੀ ਲਾ ਲਾ, ਫੈਕਟਰੀ ਦਾ ਲਾਇਸੈਂਸ ਲੈਣ ਵਾਸਤੇ ਉਹ ਅਫਸਰ ਹੈਰਾਨ ਰਹਿ ਜਾਓਗੇ। ਜਦੋਂ ਮੈਂ ਉਹਨੂੰ ਫੜਿਆ ਡਾਕਟਰ ਦੀ ਜੇਬ ਚ, ਕਿਹਾ ਵੀ ਉੱਪਰ ਡਾਇਰੈਕਟਰ ਸਾਹਿਬ ਤੁਹਾਡੀ ਜੇਬ ਦੇ ਵਿੱਚ ਆ ਮਾਸਟਰ ਦੋਸਤ ਦੇ 25,000 ਰੁਪਇਆ ਪਾਇਆ, ਮੈਂ ਕੱਢੋ ਬਾਹਰ। ਉਹਨੇ 25,000 ਰੁਪਇਆ ਕੱਢ ਕੇ ਮੈਨੂੰ ਫੜਾ ਤਾ, ਉਹਦੇ ਨਾਲ ਹੀ ਮਿੰਨਤਾਂ ਕਰਨ ਲੱਗਾ ਵੀ ਬੈਂਕ ਸਾਹਿਬ ਮੇਰੇ ਤੋਂ ਗਲਤੀ ਹੋ ਗਈ। ਰਿਟਰਨ ਵੀ ਇੱਦਾਂ ਕੰਨ ਫੜ ਗਿਆ, ਦੋਨੇ ਐਕਸਟਰਾ ਦਾ ਕੰਨ ਫੜ ਕੇ ਦੋਸਤੋਂ ਦਿਖਾਇਓ ਜੀ ਸਵਾਲ ਜਵਾਬਿਆ, ਕੰਨ ਫੜ ਕੇ ਮਾਫ਼ੀ ਮੰਗਦਾ ਤੇ ਮੈਂ ਉਹਨੂੰ ਸਵਾਲ ਕੀਤਾ, ਮੈਂ ਕਿਹਾ ਡਾਕਟਰ ਸਾਹਿਬ ਤੁਹਾਡੇ ਥੱਲੇ ਸਾਰੇ ਪੰਜਾਬ ਦੀਆਂ ਫੈਕਟਰੀਆਂ ਨੇ, ਤੁਸੀਂ ਪੰਜਾਬ ਦੇ ਅਫਸਰ ਹੋ ਸਾਰੇ ਦੇ, ਤਨਖਾਹ ਕਿੰਨੀ ਹੈ ਤੁਹਾਡੀ? ਤੁਸੀਂ ਹੈਰਾਨ ਰਹਿ ਜਾਓਗੇ, ਉਹਨੇ ਤਨਖਾਹ ਦਿੱਤੀ 1,50,000 ਰੁਪਇਆ। 1,50,000 ਲੈ ਕੇ ਵੀ ਟੈਕਸ ਨਹੀਂ ਭਰਦਾ। ਮੈਂ ਉਹਨੂੰ ਕਿਹਾ ਵੀ ਉਹਨਾਂ ਵੱਲ ਦੇਖ, ਗੁਜ਼ਾਰਾ ਕਰ, ਵਾਹਿਗੁਰੂ ਦਾ ਸ਼ੁਕਰੀਆ ਅਦਾ ਕਰ, ਜਿਹੜੇ ਹੱਥਾਂ ਦੇ ਵਿੱਚ ਗਿਰੀਆਂ ਦੇ ਡਿਪਲੋਮੇ ਫੜ ਕੇ ਗਲੀਆਂ ਦੇ ਵਿੱਚ ਬੇਰੁਜ਼ਗਾਰ ਕੱਢਿਆ, ਜਿਹਨਾਂ ਦੇ ਬਾਪੂ ਨੇ ਜ਼ਮੀਨ ਰੱਖੀ ਪੁੱਤ ਪੜ੍ਹਾਉਣ ਵਾਸਤੇ, ਮਾਂ ਨੇ ਗਹਿਣੇ ਵੇਚੇ ਪੁੱਤ ਪੜ੍ਹਾਉਣ ਵਾਸਤੇ, ਮੇਰਾ ਪੁੱਤ ਪੜ੍ਹ ਜੂਗਾ ਤੈਨੂੰ ਨੌਕਰੀ ਮਿਲ। ਤੇ ਨੌਕਰੀਆਂ ਵੰਡਣ ਵਾਲੇ 2012 ਦੇ ਵਿੱਚ ਤਾਲੂ ਲਾ ਕੇ ਜੀਪ ਚੁੱਕੋਣ ਵਾਲੇ ਲੋਕ ਨੌਕਰੀਆਂ ਬਣ ਗਏ, ਪੈਨਸ਼ਨਾਂ 2500, ਸ਼ੈਵਨ ਸਕੀਮ, ਕਿਸਾਨਾਂ ਦੇ ਕਰਜ਼ੇ ਮਾਫ਼, ਆਈਫੋਨ, ਲੈਪਟਾਪ, ਜਿਹਨਾਂ ਦੇ ਕੋਲ ਧਨ ਨਹੀਂ ਹੈਗੇ ਉਹਨਾਂ ਨੂੰ ਘਰ ਚ ਲੈ ਮਾਫ਼ੀਆਂ ਮੰਗਣ ਲੱਗ ਗਿਆ। ਕਹਿੰਦਾ ਇੱਕ ਵਾਰ ਛੱਡਦੇ ਨੇ, ਤੈਨੂੰ ਛੱਡ ਦੇਣਾ, ਤੁਸੀਂ 1,50,000 ਤਨਖਾਹ, ਮੁੰਡਾ ਜੀ ਦੋ ਮਸ਼ੀਨਾਂ ਲਾਉਣੀ ਆ, 25,000 ਰੁਪਇਆ 4% ਵਿਆਜ ਦੇ ਫੜ ਕੇ ਲੈ ਕੇ ਆਇਆ, ਕਦੇ ਸੋਚਿਆ? ਦੋਸਤੋ ਜਿਹੜੇ ਪਰਿਵਾਰ ਦੇ ਵਿੱਚ ਬਾਪੂ ਡੰਡੇ ਵਾਲਾ ਸਖ਼ਤ ਹੋਵੇ, ਇਮਾਨਦਾਰ ਹੋਵੇ, ਉੱਥੇ ਪੁੱਤਾਂ ਨੂੰ ਡਰ ਰਹਿੰਦਾ, ਤੇ ਜਿੱਥੇ ਬਾਪ ਬੇਈਮਾਨ ਹੋਵੇ ਉਹਦੇ ਪੁੱਤ ਕਦੇ ਇਮਾਨਦਾਰ ਨਹੀਂ ਹੁੰਦੇ, ਉਹ ਬੇਈਮਾਨ ਤੇ ਬਦਮਾਸ਼ ਬਣ ਜਾਂਦੇ। ਅੱਜ ਪੰਜਾਬ ਦੇ ਅੰਦਰ ਡੰਡੇ ਦੇ ਨਾਲ ਰਿਸ਼ਵਤ ਹੋਰ ਲੋਕ ਜਿਹੜੇ ਲੱਖਾਂ ਰੁਪਇਆ ਤਨਖਾਹ ਲੈਂਦੇ, ਅੱਜ ਡੰਡੇ ਦੇ ਨਾਲ ਤੁਹਾਨੂੰ ਰੁਕਣਾ ਆਪਣਾ ਕਾਨੂੰਨੀ ਅਧਿਕਾਰ ਸਮਝਣ ਲੱਗਿਆ। ਤੇ ਰੁਕਣਾ ਕੀ ਨੇ, ਮੈਂ ਪੁੱਛ ਕੇ ਹਟਾ ਵੀ 5 ਸਾਲ ਐਮ ਪੀ ਸਾਹਿਬ ਡਿਊਟੀ ਚ ਰਹਿ ਗਈ, ਫਿਰ ਵੋਟਾਂ ਕਿਉਂ ਪਾਉਣਾ ਤੁਸੀਂ? ਡਿਊਟੀ ਸਿਰਫ ਇਹ ਰਹਿ ਗਈ ਗਲੀ ਨਾਲੀ ਛੱਪੜ ਸੜਕ ਚੇਤੇ ਰੱਖੋ, ਇਹ ਗੱਲ ਗਲੀ ਨਾਲੀ ਛੱਪੜ ਤੇ ਸੜਕਾਂ ਤੁਹਾਡੀਆਂ ਉਦੋਂ ਵੀ ਬਣੀਆਂ ਜਦੋਂ ਨੁਮਾਇੰਦੇ ਹੁੰਦੇ ਨਹੀਂ ਸੀ, ਸਰਕਾਰ ਨਹੀਂ ਸੀ ਹੁੰਦੀ, ਸਰਪੰਚ ਐਮਪੀ ਐਮਐਲਏ ਨਹੀਂ ਹੁੰਦੇ ਸੀ, ਖਾਤੂਵਾਦ ਵੇਲੇ ਇਹ ਉਦੋਂ ਵੀ ਬਣੀਆਂ ਤੁਹਾਡੀਆਂ ਗਲੀਆਂ ਨਾਲ ਸੜਕਾਂ ਤੋਂ, ਫਿਰ ਵੋਟ ਪਾ ਕੇ ਆਪਣੇ ਨੁਮਾਇੰਦੇ ਐਮਪੀ ਐਮਐਲਏ ਤੇ ਸਰਕਾਰ ਕਿਉਂ ਜੁੜਦੇ?
ਇਹ ਗੱਲ ਜਦੋਂ ਤੁਸੀਂ ਸੋਚਣ ਲੱਗ ਗਏ ਨਾ, ਕੋਈ ਲੀਡਰ ਤੁਹਾਡੇ ਕੋਲ ਕਨੇਡਾ ਆਇਆ ਬੋਲਣ ਲੱਗਿਆ ਗਲੀ ਨਾਲੀ ਛੱਪੜ ਸਟਰੀਟ ਲਾਈਟ ਬੈਂਚਾਂ ਦੀ ਗੱਲ ਤੇ ਬਾਈਕ ਉਹ ਉਹਦੇ ਹੱਥ ਦੇ ਮੰਗੋ ਕਰਦਾ ਅਸੀਂ ਜਾਣਦੇ ਹਾਂ। ਤੇ ਜਦੋਂ ਤੁਸੀਂ ਜੰਮੇ ਨਹੀਂ ਸੀ ਪੰਜਾਬ ਦੇ ਖੜਕੂ ਵਾਸਤੇ ਹੈ ਨਹੀਂ ਸੀ ਤੁਸੀਂ ਲੋਕ, ਤੇ ਸਾਡੀਆਂ ਗਲੀਆਂ ਨਾਲੀ ਸੜਕਾਂ ਵੀ ਬਣੀਆਂ ਨੇ ਬਿਹਤਰ ਬਣੀਆਂ ਆਪਣਾ ਕੰਮ ਦੀ ਗੱਲ ਤੇ ਆਓ। ਸਰਕਾਰ ਸਰਕਾਰ ਦਾ ਮਤਲਬ ਹੈ ਰਾਜ ਪ੍ਰਬੰਧ ਚੰਗਾ ਸ਼ਾਸਨ, ਤੁਸੀਂ ਵੋਟ ਪਾਉਣੀ ਹੈ ਸ਼ਾਸਨ ਦੇਸ਼ ਦਾ ਸ਼ਾਸਨ, ਦੇਸ਼ ਦੇ ਸ਼ਾਸਨ ਦੇ ਵਿੱਚ ਐਮ ਪੀ ਜਾਣੇ ਆ, ਸੂਬੇ ਦੇ ਸ਼ਾਸਨ ਦੇ ਵਿੱਚ ਤੁਸੀਂ 2017 ਦੇ ਐਮ ਐਲ ਏ ਭੇਜੇ ਸੀ, ਸ਼ਾਸਨ ਤੇ ਪ੍ਰਸ਼ਾਸਨ ਸਿੱਕੇ ਦਾ ਇੱਕ ਪਾਸਾ ਸ਼ਾਸਨ ਜਿਹੜਾ ਹੁਣ ਤੁਸੀਂ ਵੋਟ ਦੁਆਰਾ ਚੁਣਨਾ, ਸਿੱਕੇ ਦਾ ਦੂਜਾ ਪਾਸਾ ਪ੍ਰਸ਼ਾਸਨ ਹੈ। ਜੇ ਸ਼ਾਸਨ ਜ਼ਿੰਮੇਵਾਰ ਤੁਹਾਡਾ ਨੰਗਾ ਮਾਨਦਾਰ ਤੇ ਦ੍ਰਿੜ, ਫਿਰ ਪ੍ਰਸ਼ਾਸਨ ਜਿਹੜਾ ਸਰਕਾਰੀ ਅਫਸਰ ਦਫ਼ਤਰਾਂ ਦੇ ਵਿੱਚ ਬੈਠੇ ਅਫਸਰ, ਫਿਰ ਉਹ ਸੱਤੇ ਅੱਗੇ ਸੱਦੇ। ਜੇ ਤੁਹਾਡਾ ਸ਼ਾਸਨ ਜੇ ਭੇਜਿਆ ਹੋਇਆ ਐਮ ਪੀ ਦੇ ਐਮ ਐਲ ਏ ਦ੍ਰਿੜਾ ਮਾਨਦਾਰ ਹੈ, ਤੇ ਫਿਰ ਅਫਸਰ ਸ਼ਾਇਦ ਸੱਤੇ ਅੱਗੇ ਸੱਦੀ। ਇਹ ਹਾਲਾਤ ਵੱਧ ਤੋਂ ਵੱਧ ਕਿਉਂ ਹੋਏ ਆ ਸਾਡੇ? ਇਸੇ ਕਰਕੇ ਨਾ ਸ਼ਾਸਨ ਤੇ ਪ੍ਰਸ਼ਾਸਨ ਰਲ ਗਿਆ। ਤੁਸੀਂ ਦਾ ਭੇਜਿਆ ਸ਼ਾਸਨ ਦੇ ਵਿੱਚ ਵੀ ਪ੍ਰਸ਼ਾਸਨ ਦਾ ਖਿਆਲ ਰੱਖਣਾ, ਇਹ ਲੋਕਾਂ ਨੂੰ ਤੰਗ ਕਰਕੇ ਲੁੱਟੇ ਨਾ, ਇਹ ਦੋਨੋਂ ਰਲ ਗਿਆ ਆਪਸ ਤੋਂ। ਕਿਸੇ ਨੇ ਡੀ ਸੀ ਲੱਗਣਾ, ਐਸ ਐਸ ਪੀ ਲੱਗਣਾ, ਐਸ ਡੀ ਐਮ ਲੱਗਣਾ, ਤਹਿਸੀਲਦਾਰ, ਐਸ ਐਚ ਓ, ਡੀ ਐਸ ਪੀ, ਪਹਿਲਾਂ ਸੱਤਿਆ ਵੀ ਤੇਰੇ ਦਫ਼ਤਰ ਦੇ ਮਹੀਨੇ ਦੀ ਕੰਮ ਲੱਗੀ ਸ਼ਾਸਨ ਦੇ ਭੇਜੇ ਦੇ ਲੋਕ। ਉਹ ਸਰਕਾਰਾਂ ਨੇ ਵਾਰ ਵਾਰ ਤੁਸੀਂ ਪੰਜਾਬ ਦੇ ਲੋਕੋਂ ਵਾਪਸ ਕਾਲੀ ਦੇ ਕਾਰੋ, ਕਾਲੀ ਦੇ ਕਾਰੋ, ਉਹ ਕੋਈ ਸੁਧਾਰਨ ਵਾਸਤੇ ਨਹੀਂ, ਝੂਠੇ ਵਾਅਦੇ, ਸ਼ਾਸਨ ਤੇ ਪ੍ਰਸ਼ਾਸਨ ਦਾ ਸੰਗਠਨ ਰਲ ਕੇ ਲੁੱਟਣ ਵਾਸਤੇ। ਜੋ ਲੀਡਰ ਤੁਹਾਡੇ ਕੋਲ ਆਵੇ, ਤੇਰੇ ਲੀਡਰ ਨੂੰ ਇਹ ਸਵਾਲ ਕਰਿਓ ਵੀ ਭਾਈ ਤੁਹਾਡੀਆਂ ਸਰਕਾਰਾਂ ਬਹੁਤ ਵਾਰੀ ਬਣਾਈਆਂ, ਜੋ ਉਹਦਾ ਦੇਸ਼ ਯਾਦ ਹੋ, ਹੁਣ ਏਦਾਂ ਕਰਾਂ ਕਿ ਗਲੀ ਨਾਲੀ ਸੜਕ ਦੀ ਗੱਲ ਨਾ ਕਰੀ, ਜਿੱਥੇ ਤੇਰੇ ਜਵਾਬ ਪੜ੍ਹਦੇ ਜਾਂਦੇ, ਅਸੀਂ ਆਪਣੇ ਜਵਾਬ ਸਰਕਾਰੀ ਸਕੂਲ ਚ ਨਹੀਂ ਲਾਉਣੇ, ਸਾਡੇ ਜਵਾਬ ਵੀ ਤੇਰੇ ਵਾਲੇ ਜਵਾਬਾਂ ਦੇ ਸਕੂਲ ਚ ਪੜ੍ਹਨੇ। ਜਿੱਥੋਂ ਤੇਰਾ ਰਾਜ ਹੁੰਦਾ ਨਾ, ਇਹ ਸਾਡੇ ਸਤਰ ਦਾ ਰਾਜ ਦਾ ਬੰਦੋਬਸਤ ਵੀ ਉੱਥੋਂ ਹੁੰਦਾ। ਹਰ ਸਾਲ ਸਕੂਲਾਂ ਦੇ ਕਾਲਜਾਂ ਦੇ ਬਾਹਰ, ਪ੍ਰਾਈਵੇਟ ਸਕੂਲ ਦੇ ਕਾਲਜਾਂ ਦੇ ਬਾਹਰ ਲੋਕ ਧਰਨੇ ਲਾਉਂਦੇ ਇਹਨਾਂ ਦੀ ਲੁੱਟ ਰੋਕਣ ਵਾਸਤੇ, ਵੀ ਲੁੱਟ ਲਿਆ ਸਾਨੂੰ ਇਹ ਪ੍ਰਾਈਵੇਟ ਸਕੂਲ ਤੇ ਕਾਲਜ ਆ। ਸਿੱਖਿਆ ਸਰਕਾਰ, ਸਿੱਖਿਆ ਸਰਕਾਰ, ਸਰਕਾਰ ਇਸ ਕੰਮ ਦੇ ਉੱਤੇ ਇੱਕ ਮੋਰੀ ਵਾਲਾ ਪੈਸਾ ਖਰਚ ਨਹੀਂ ਹੁੰਦਾ ਜਿਹਨਾਂ ਦੀ ਖਰਚੀ ਰੋਕਣੀ ਹੋਵੇ ਸਰਕਾਰ ਨੂੰ। ਪਤਾ ਨਹੀਂ ਲੜਦੇ ਜੇ ਆਪਣੀ ਆਈ ਤੇ ਆ ਗਿਆ, ਮੋਰੀ ਵਾਲਾ ਪੈਸਾ ਖਰਚ ਨਹੀਂ ਹੁੰਦਾ ਜੇ ਚਿੱਟਾ ਬੰਦ ਕਰਨਾ ਹੋਵੇ। ਜਿਹੜੀਆਂ ਗੱਪਾਂ ਮੈਂ ਕੱਪਣ ਦੀਆਂ ਦੱਸੀਆਂ, ਕਹਿੰਦੇ ਗੱਪਾਂ ਬੜੇ ਘਿਓ ਨਾ ਪਕੜੇ, ਥੁੱਕ ਨਾ ਨਹੀਂ ਪਕੜੇ, ਪੈਸੇ ਚਾਹੀਦੇ ਆ, ਪੈਸੇ ਨਹੀਂ ਹੈਗੇ ਸੂਬਾ ਸਰਕਾਰ ਕੋਲ। ਜੇ ਪੈਸੇ ਹੁੰਦੇ ਤੇ ਟੀਚਰ ਜਿਹੜੇ ਟੈਕ ਕਲੀਅਰ 40,000 ਟੀਚਰ, 40,000 ਤਨਖਾਹ ਵਾਲੇ, 15,000 ਤਨਖਾਹ ਆਉਂਦੇ, ਤੇ ਜੇ ਉਹਨਾਂ ਨੇ ਸਟਰਗਲ ਕੀਤਾ ਤੇ ਫੁੱਟ ਫੁੱਟ ਕੇ ਨੀਲੇ ਕਰਦੇ ਵੀ ਤੁਸੀਂ 15,000 ਹੀ ਦੇਣੀਆਂ ਤਨਖਾਹ, ਜੇ ਇੱਧਰ ਨੂੰ ਆਏ ਤਾਂ ਡਾਂਗਾਂ ਨਾਲ ਪਕਾ ਲਓ। ਪੈਸੇ ਨਹੀਂ ਹੈਗੇ, ਬਿਨਾਂ ਪੈਸੇ ਵਾਲੇ ਕੰਮ ਸਰਕਾਰ ਕਿਉਂ ਨਹੀਂ ਕਰਦੀ? ਨੰਬਰ ਪਹਿਲਾ ਰਿਸ਼ਵਤਖੋਰੀ ਦਾ ਖਾਤਮਾ, ਨੰਬਰ ਦੂਜਾ ਚਿੱਟਾ ਚਿੱਟਾ ਬੰਦ ਕਰਨ ਦਾ ਪੈਸਿਆਂ ਦੀ ਲੋੜ ਹੀ ਹੈ। ਉਹਨੂੰ ਪਤਾ ਰਾਓ ਵਾਲ ਦੇ ਵਿੱਚ ਫਲਾਣੇ ਫਲਾਣੇ ਬੰਦੇ ਚਿੱਟੇ ਦਾ ਕੰਮ ਕਰਦੇ, ਤੁਹਾਡੇ ਐਸ ਐਚ ਓ ਸਾਹਿਬ ਨੂੰ ਨਹੀਂ ਪਤਾ, ਕਿਹੜਾ ਸਾਣਾ ਲੱਗਦਾ ਤੁਹਾਨੂੰ? ਸਿਰਫਾਂ ਵੇਟ ਵਾਲੇ ਐਸ ਐਚ ਓ ਨੂੰ ਨਹੀਂ ਪਤਾ ਬੋਲਦੇ ਹੋ, ਤੁਹਾਨੂੰ ਪਤਾ ਵੀ ਰਾਓ ਵਾਲ ਦੇ ਫਲਾਣਾ ਫਲਾਣਾ ਬੰਦਾ ਚਿੱਟਾ ਵੇਚਦਾ, ਸਿਰ ਨੂੰ ਆਵੇ ਐਸ ਐਚ ਓ ਨੂੰ ਨਹੀਂ ਪਤਾ।
ਤਿੰਨ ਬੰਦਿਆਂ ਨੇ ਰਲ ਕੇ ਸੱਤਿਆ ਨਾਸ ਕੀਤਾ। ਬੇਈਮਾਨ ਹਾਥੀ ਕਿਤਾਬ ਲਿਖਣ ਵਾਲੇ ਤੇ ਸਮੇਂ ਦੇ ਸਦਾ ਪੜੇ ਗਏ। ਉਹ ਕੰਮ ਜਿਹੜਾ ਬਿਗਮ ਜੀਪੀ ਐਂਡ ਕੰਪਨੀ ਕਰਦੀ ਸੀ, ਅੱਜ ਕੈਪਟਨ ਐਂਡ ਕੰਪਨੀ ਕਰਦੀ ਸੀ। ਮੈਂ ਕੈਪਟਨ ਨੂੰ ਇੱਕ ਦਿਨ ਚੈਲੰਜ ਕੀਤਾ, ਵਿਧਾਨ ਸਭਾ ਦੇ ਅੰਦਰ ਛੇ ਮਹੀਨੇ ਪਹਿਲਾਂ ਸੈਸ਼ਨ ਹੋਇਆ। ਮੈਂ ਚੈਲੰਜ ਕੀਤਾ, ਮੈਂ ਕੈਪਟਨ ਸਾਹਿਬ ਇੱਦਾਂ ਕਰ, ਤੂੰ ਦੋ ਸਾਲ ਹੋ ਗਏ ਤੈਨੂੰ ਸਰਕਾਰ ਕਰਦਿਆਂ ਨੂੰ, ਦੋ ਸਾਲ ਪੂਰੇ ਹੋਏ, ਛੇ ਮਹੀਨੇ ਪਹਿਲਾਂ ਵੀ ਜ਼ਿਆਦਾ ਹੁੰਦਾ, ਸਵਾਦਾਲ ਦੋ ਸਾਲ ਤੋਂ ਵੀ ਵੱਧ ਹੋ ਗਏ। ਕੈਪਟਨ ਸਾਹਿਬ ਮੈਂ ਤੁਸੀਂ ਚਾਰ ਹਫ਼ਤੇ ਲਏ ਗੁਰਿੰਦਰ ਗੁਪਤਾ ਸਾਹਿਬ ਉੱਥੇ ਨੂੰ ਮੈਂ ਆਪਣੇ ਚਾਰ ਹਫ਼ਤਿਆਂ ਦੇ ਵਿੱਚ ਨਸ਼ਾ ਪੰਜਾਬ ਤੋਂ ਖਤਮ ਕਰ। ਪੌਣੇ ਦੋ ਸਾਲ ਹੋ ਗਏ ਨਸ਼ਾ ਕਸ਼ਮੀਰ ਹੈ, ਪੰਜਾਬ ਦਾ ਨੌਜਵਾਨ ਖਤਮ ਹੋ ਗਿਆ। ਆਪਾਂ ਦੋ ਤਿੰਨ ਫੋਟੋਆਂ ਦੇਖਦੇ ਹਾਂ ਵੀ ਦੋ ਤਿੰਨ ਮੁੰਡਿਆਂ ਦੀ ਮੌਤ, ਦੋ ਤਿੰਨ ਸੈਂਕੜੇ ਮੁੰਡੇ ਰੋਜ਼ ਮਰ ਰਹੇ ਆ। ਪਰਿਵਾਰ ਨੀ ਦੱਸਦਾ, ਗੁਆਂਢੀ ਨੂੰ, ਰਿਸ਼ਤੇਦਾਰਾਂ ਨੂੰ, ਪੱਤਰਕਾਰਾਂ ਨੂੰ ਦੱਸਦੇ ਨੀ ਵੀ ਘਰੇ ਧੀ ਬੈਠੀ ਆ ਵਿਆਹਣ ਵਾਲੀ। ਜੇ ਪਤਾ ਲੱਗ ਗਿਆ ਵੀ ਮੁੰਡਾ ਚਿੱਟੇ ਨਾਲ ਮੁੜ ਗਿਆ ਤੇ ਧੀ ਦਾ ਚੰਗੇ ਘਰ ਚ ਰਿਸ਼ਤਾ ਨੀ ਹੋਣਾ। ਸੈਂਕੜੇ ਨੌਜਵਾਨ ਮੌਤ ਦੇ ਮੂੰਹ ਤੇ ਜਾ ਰਹੇ ਰਿਸ਼ਤੇ ਦਾ। ਮੈਂ ਕਰਤਨ ਸਾਹਿਬ ਤੂੰ ਲੈ ਸੀ ਚਾਰ ਹਫ਼ਤੇ, ਤੂੰ ਚਾਰ ਦਿਨਾਂ ਲਈ ਮੈਨੂੰ ਠੇਕੇ ਦੇ ਹੋਮ ਮਿਨਿਸਟਰੀ ਦੇ ਤੇਰੇ ਕੋਲ ਰਹਿ ਗਿਆ। ਹੱਸਣ ਲੱਗੇ ਕਾਂਗਰਸ ਦੇ ਐਮ ਐਲ ਏ, ਮਾਹੌਲ ਬਿਗੜ ਆਉਣ ਲੱਗੇ। ਮੈਂ ਕੈਪਟਨ ਸਾਹਿਬ ਜੇ ਚਾਰ ਹਫ਼ਤੇ ਤੂੰ ਲੈ ਜਾ ਮੈਨੂੰ ਚਾਰ ਦਿਨ ਲਈ ਠੇਕੇ ਦੇ ਦਿੰਦੇ ਸ਼ਹਿਰ ਵਜ਼ਾਰਤ, ਜੇ ਚਿੱਟਾ ਨਾ ਬੰਦ ਹੋਇਆ ਮੈਂ ਅਸਤੀਫ਼ਾ ਦੇ ਕੇ ਘਰੇ ਤੇ ਲੈ ਜਾਊਂਗਾ ਐਮ ਐਲ ਏ ਤਰੀਕਾ ਵੀ ਤੈਨੂੰ ਦੱਸਦਾ। ਮੈਨੂੰ ਤਰੀਕਾ ਦੱਸਦਾ ਵੀ ਇਹ ਬੰਦ ਕਿਵੇਂ ਹੋਊਗਾ। ਤੂੰ ਚਾਰ ਦਿਨ ਲਈ ਮੈਨੂੰ ਦੇ, ਮੈਂ ਪੰਜਾਬ ਦੇ ਸਾਰੇ ਐਸ ਐਚ ਓ ਦੇ ਚੌਂਕੀ ਨੂੰ ਇਤਰਾਜ਼ ਇਕੱਠੇ ਕਰ, ਕਹਿ ਦੂੰਗਾ ਮੈਂ ਐਸ ਐਚ ਓ ਦੇ ਚੌਂਕੀ ਚਾਰਜ ਦੇਵਾਂਗੇ, ਹੁਣ ਬਦਲੀ ਕਰਾਉਣੀਆਂ ਕਰਾ ਲਓ, ਪਰ ਐਸ ਐਚ ਓ ਦੇ ਚੌਂਕੀ ਚਾਰਜ ਉਹ ਲੱਗਿਓ ਜਿਹਦੇ ਕਿਸੇ ਵੀ ਥਾਣੇ ਚੌਂਕੀ ਦੇ ਪਿੰਡ ਦੇ ਵਿੱਚੋਂ ਏਰੀਏ ਦੇ ਵਿੱਚੋਂ ਚਿੱਟਾ ਮਿਲ ਗਿਆ ਤੇ ਮੈਂ ਬਿਜ਼ਨਸ ਕਰਨਾ, ਵਰਦੀ ਲਾ ਲੈਣੀ ਆਉਂਦੀ, ਵਰਦੀ ਲਾ ਕੇ ਘਰ ਨੂੰ ਤੋਰੂੰਗਾ, ਨਵੇਂ ਛੇ ਛੇ ਫੁੱਟ ਉੱਚੇ ਬੇਰੁਜ਼ਗਾਰ ਮੁੰਡੇ ਕਰੂੰਗਾ ਭਰਤੀ। ਤੇ ਦੋਸਤੋ ਜਦੋਂ ਪੰਜ ਸਾਲ ਐਸ ਐਚ ਓ ਫੁੱਟ ਚੇ ਨਾ ਜਿੱਦਣ ਨੌਕਰੀ ਚਲੇਗੀ ਜਿੱਦਣ ਚੰਡੀਗੜ੍ਹ ਪੜ੍ਹਦੇ ਸਾਹਿਬ ਲੱਗੀ ਆ ਕਿ ਨਹੀਂ ਲੱਗੀ ਮੇਰੇ, ਇਹ ਕਈ ਵਾਰ ਲੋਕ ਨੇ ਲੜੇ ਆ ਜਿੱਦਣ ਕਿਸੇ ਵੱਡੇ ਲੀਡਰ ਦਾ ਮੁੰਡਾ ਕਿਸੇ ਨਾਲ ਫੁੱਟ ਗਿਆ ਨਾ, ਉਹਦੇ ਪਤਾ ਲੱਗੂਗਾ ਉਹ ਚਿੱਟੇ ਦਾ ਅਸਰ ਦਿੱਤੀ। ਅਸੀਂ ਇੱਕ ਦਿਨ ਕੁਮਾਰ ਕੱਟੀਏ ਗਏ, ਉੱਥੇ ਕਿਸਾਨਾਂ ਨੇ 15,000 ਰੁਪਈਏ ਦੇ ਉੱਤੇ 2-4,000 ਰੁਪਏ ਹੋਏ ਆ ਫਸਲਾਂ ਦਾ ਅਵਾਰਾ ਖਾਣ ਤੇ ਦਾਨਿਆਂ ਤੋਂ ਜ਼ਿਆਦਾ ਰੁਪਏ ਲਾ। ਇਹ ਸਰਕਾਰਾਂ ਨੇ ਗਊ ਟੈਕਸ ਲੈਂਦੇ ਆ, ਗਊ ਰੱਖਿਆ ਟੈਕਸ ਲੈਂਦੇ ਆ ਸਾਡੇ ਕੋਲ, ਕਿੱਥੇ ਆ ਸਰਕਾਰ? ਨਾਲੇ ਘਰੋਂ ਘਰ ਗਵਾਇਆ ਤੇ ਬਾਹਰੋਂ ਭੜੂਆ ਗਵਾਇਆ, ਨਾਲੇ ਵੀ ਦਿੱਤਾ ਕਹਿਣ ਤੇ ਨਾਲੇ ਸਾਂਭ ਕੇ ਗਈਆਂ ਫਸਲਾਂ ਦਾ ਜ਼ਿਆਦਾ ਕਰ ਤੇ ਨਾਲੇ ਬਣ ਐਕਸੀਡੈਂਟਾਂ ਦਾ ਸਾਥ, ਕਿੱਥੇ ਆ ਸਰਕਾਰ? ਟੀਚਾ ਨੱਥਣਾ ਪਏਗਾ, ਕੰਮ ਹੋਏਗਾ ਨਾ ਟੀਚਾ ਨੱਥਣਾ, ਮੇਰੀ ਡਿਊਟੀ ਆ, ਮੇਰਾ ਸਾਨ ਨੀ ਕਿਸੇ ਤੇ। ਆ ਦੋਸਤ ਦੇਖ ਲਿਆ ਯੂਟਿਊਬ ਤੇ ਉੱਤੇ, ਤੁਸੀਂ ਵੀ ਤੁਹਾਨੂੰ ਵੀ ਦਿਖਾ ਲਿਆ, ਅਖਬਾਰਾਂ ਚ ਪੜ੍ਹਦੇ ਹੋ, ਮੈਂ ਸਾਥੀ ਡਿਊਟੀ ਕਰਦਾ ਸਾਨ ਨਹੀਂ ਕਰਦਾ। ਐਮ ਐਲ ਏ ਆ ਇਹਨਾਂ ਦੀ ਸਰਕਾਰ, ਇਹਨਾਂ ਦੀ ਡਿਊਟੀ ਦੇ ਨਾਲ ਜ਼ਿੰਮੇਵਾਰੀ ਵੀ ਹੈ, ਮੇਰੀ ਡਿਊਟੀ ਹੈ। ਕੋਈ ਟੋਲ ਪਲਾਜ਼ਾ ਦੀਆਂ ਠੱਗੀਆਂ ਪਾਸਪੋਰਟ ਦਫ਼ਤਰਾਂ ਦੇ ਵਿੱਚ ਲੋਕਾਂ ਦੀ ਸਿਰ ਲੈਂਦੀ ਹੈ, ਤਹਿਸੀਲਾਂ ਚੌਂਕੀ ਥਾਣਿਆਂ ਚ ਭਾਵਨਾ ਲੁੱਟਦਾ, ਮੇਰੀ ਡਿਊਟੀ ਹੈ, ਮੈਂ ਜਾਊਂਗਾ। ਇਹ ਦੱਸ ਕੇ ਨਹੀਂ ਤੂੰ ਬੋਲ ਰੱਖੀ ਨਾ,
ਕਿਹੜੀ ਪਾਰਟੀ ਨੂੰ ਵੋਟ ਪਾਉਣਾ? ਮੈਂ ਆਇਆ ਜੀ ਰਾਹੂਵਾਲ ਤੋਂ, ਕਿਸੇ ਅਕਾਲੀ ਕਾਂਗਰਸੀ ਕੋਲ ਚਲੇ ਜਾਓ, ਦੱਸੋ ਮੈਂ ਰਾਹੂਵਾਲ ਤੋਂ ਆਇਆ, ਮੇਰਾ ਕੰਮ ਉਹ ਕਹਿਣਗੇ ਰਾਹੂਵਾਲ ਦੇ ਵਿੱਚ ਕਮਿਸ਼ਨਰ ਸਾਡਾ ਧਰਮ ਚੌਧਰੀ ਅਕਲਾਂ ਨੂੰ ਲੈ ਕੇ ਆ, ਤੁਹਾਨੂੰ ਕਮਿਸ਼ਨਰ ਸਿੰਘ ਦੀ ਦਰਸ਼ਨ ਨਹੀਂ ਕਰ ਰਿਹਾ ਤੁਹਾਨੂੰ, ਫਿਰ ਉਹ ਕਮਿਸ਼ਨਰ ਸਿੰਘ ਬੋਲਦਾ ਦੇਣਾ ਤੁਹਾਡੇ ਕੋਲ ਆਊਗਾ ਧਰਮ ਚੌਧਰੀ ਕਿ ਤੇਰਾ ਕੰਮ ਕਰਾਇਆ ਸੀ, ਚੱਲ ਵੋਟ ਪਾਇਆ ਕਰਾ ਕੇ ਤੁਹਾਨੂੰ ਸਭਾ ਵੋਟ ਬਣਾਉਂਦਾ। ਕੰਮ ਕਰਨਾ ਨੁਮਾਇੰਦੇ ਦੀ ਡਿਊਟੀ ਹੈ ਦੋਸਤੋ, ਡਿਊਟੀ ਹੈ। ਮੈਂ ਅੱਜ ਚੰਗਾ ਕੰਮ ਕਰਦਾ ਮੈਨੂੰ ਵੋਟ ਪਾ ਦਿਓ, ਕੱਲ ਨੂੰ ਮਾੜਾ ਕਰਾਂ, ਬੇਈਮਾਨੀ ਕਰਾਂ, ਠੀਕ ਕਰਾਂ, ਕਿਉਂ ਵੋਟ ਪਾਉਂ? ਇੱਕ ਹੀ ਅੰਮ੍ਰਿਤਸਰ ਦੇ ਵਿੱਚ ਦਲਿਤ ਪਰਿਵਾਰ ਦੀ ਕੁੜੀ ਐਲ ਐਲ ਬੀ ਕਰਦੀ ਹੈ, ਲਾਅ ਦੀ ਪੜ੍ਹਾਈ ਕਰਦੀ ਹੈ, ਕਾਨੂੰਨ ਦੀ ਪੜ੍ਹਾਈ, ਪੰਜਾਬ ਪੁਲਿਸ ਦੇ ਇਕਾਈ ਜੀ ਉਹਦਾ ਬਲਾਤਕਾਰ ਕਰਦਾ ਸੀ, ਧੀ ਕਿੱਥੇ ਆਉਂਦੀ? ਅੰਮ੍ਰਿਤਸਰ ਤੋਂ ਲੁਧਿਆਣੇ ਤੱਕ ਬਹੁਤ ਸਾਰੇ ਐਮ ਪੀ ਐਮ ਐਲ ਏ ਤੇ ਮੰਤਰੀ ਹੈ, ਪਰ ਉਸ ਧੀ ਦਾ ਵਿਸ਼ਵਾਸ ਆ ਵੀ ਲੁਧਿਆਣੇ ਚ ਲੋਕਾਂ ਦਾ ਨੁਮਾਇੰਦਾ ਜਿਹੜਾ ਆਪਣੀ ਡਿਊਟੀ ਦੇ ਵਿੱਚ ਕੁਤਾਹੀ ਕਰਦਾ ਨੀ ਬੇਈਮਾਨ ਅਫਸਰਾਂ, ਉਹ ਧੀ ਜਾਣ ਵਾਸਤੇ ਲੁਧਿਆਣੇ ਆਪਣੇ ਉਸ ਨੁਮਾਇੰਦੇ ਕੋਲ ਆਉਂਦੇ ਜਿਹਦੀ ਡਿਊਟੀ ਆ ਸਾਂ ਨਹੀਂ ਦਾ, ਆਈ ਵੀ ਤੁਸੀਂ ਹੁੰਦੀ ਹੈ ਦੌਲੀ ਨਾਂ ਦੀ ਕੁੜੀ ਬੀ ਏ ਫਸਟ ਈਅਰ ਦੇ ਵਿੱਚ ਐਸ ਪੀ ਚਿੱਟੇ ਦੇ ਲਾ ਦਿੰਦਾ, ਤਿੰਨ ਚਾਰ ਮਹੀਨੇ ਚਿੱਟਾ ਦੇਣ ਤੋਂ ਬਾਅਦ ਜਦੋਂ ਕੁੜੀ ਆਦਤ ਨੂੰ ਹੋ ਜਾਂਦੀ ਆਦੀ ਹੋ ਜਾਂਦੀ ਹੈ ਨਸ਼ੇ ਰੂਏ ਨੂੰ, ਕਹਿੰਦਾ ਹੁਣ ਕਾਲੇ ਦੀਆਂ ਸਹੇਲੀਆਂ ਲਿਆ ਕਰ ਚਿੱਟਾ ਦੇਖਿਆ ਕਰਾਂਗੇ ਤੈਨੂੰ ਵੀ ਹਿੱਸਾ ਦੇ। ਦੋਸਤੋ ਮੇਰੇ ਵੋਟਰ ਨਹੀਂ ਗਏ ਕੋਈ ਅੰਮ੍ਰਿਤਸਰ ਦਾ, ਕੋਈ ਜਲੰਧਰ ਦਾ, ਮੇਰੇ ਰਿਸ਼ਤੇਦਾਰ ਨਹੀਂ ਗਏ, ਉਸ ਐਸ ਪੀ ਦੀ ਫਰਜ਼ੀ ਉਤਰਦੀ ਆ, ਜੇਲ੍ਹ ਚ ਜਾਂਦਾ ਐਸ ਪੀ, ਮੇਰੀ ਡਿਊਟੀ ਆ, ਇਹਨਾਂ ਦੀ ਡਿਊਟੀ ਕਰੋ ਤੁਸੀਂ। ਗੱਲ ਮੈਂ ਟਿਕਾਣੇ ਤੇ ਲੈ ਕੇ ਆਉਣਾ, ਮੇਰੀ ਤਾਂ ਡਿਊਟੀ ਹੈ, ਇਹਨਾਂ ਦੀ ਡਿਊਟੀ ਤੋਂ ਮਜਬੂਰੀ ਹੈ, ਸਰਕਾਰ ਅਕਾਲੀਆਂ ਦੀ ਤਾਂ ਗੱਲ ਕਰ ਲਓ ਤਾਂ ਤੁਸੀਂ ਇਹਨਾਂ ਕੋਲ ਚਲੇ ਜਾਓ ਤਾਂ ਕਹਿਣਗੇ ਸਾਡੀ ਤਾਂ ਸਰਕਾਰ ਹੀ ਨਹੀਂ, ਜਦੋਂ ਤੁਹਾਡੀ ਸਰਕਾਰ ਸੀ ਉਦੋਂ ਕਿਹੜਾ ਤੁਸੀਂ ਮਾਰ ਤੇ ਮਾਰ ਲਏ ਅਕਾਲੀ ਵੀਰੋ, ਆਪਣੇ ਪਿੰਡ ਦੇ ਵਿੱਚ ਜਿਹੜੇ ਸਰਕਾਰੀ ਪਰਿਵਾਰ ਬੈਠੇ ਉਹਨਾਂ ਨੂੰ ਕਿਉਂ ਜਾ ਕੇ ਉਹ ਅਕਾਲੀ ਨਹੀਂ ਹੈਗੇ ਜਿਹੜੇ ਪਿੰਡਾਂ ਦੇ ਨਾਲ ਭੁੱਖੇ ਲਟਕ ਗਏ ਸੀ ਗੁਰਦੁਆਰੇ ਮਹੰਤਾਂ ਤੋਂ ਯਾਦ ਕਰਾਉਣ ਵਾਸਤੇ, ਤੇ ਉਹ ਅਕਾਲੀ ਨੂੰ ਉਹਨਾਂ ਨੇ ਦੇਸ਼ ਯਾਦ ਕਰਾਇਆ ਸੀ, ਅਕਾਲੀਆਂ ਦਾ ਅਕਾਲੀ ਦਲ ਦਾ ਇਤਿਹਾਸ ਪੜ੍ਹਨੇ ਤੇ ਰੌਂਗ ਤੇ ਖੜੇ ਹੋ ਜਾਂਦੇ, ਐਸਾ ਇਤਿਹਾਸ ਇਹਨਾਂ ਨੇ ਕਈ ਮਾਣਾਂ ਨੇ ਮਿੱਟੀ ਤੇ ਹੋਇਆ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਰੂੜੀਆਂ ਤੇ ਰੋਕ ਕੇ ਚਿੱਟਾ ਪੰਜਾਬ ਦੀ ਧਰਤੀ ਤੇ ਲੈ ਕੇ ਰੇਤਾ ਚੋਰੀ ਕੀਤਾ, ਸਰਕਾਰੀ ਬੱਸਾਂ ਦਾ ਵਿਆਹ ਬਣਾ ਕੇ ਧਰਨੀਆਂ ਬੱਸਾਂ ਦਾ ਲੁੱਟਿਆ ਪੰਜਾਬੀਆਂ, ਅਕਾਲੀ ਦਲ ਦੇ ਬੈਨਰ ਥੱਲੇ ਇਹ ਸਮਝਾਓ ਜਾ ਕੇ ਅਕਾਲੀ ਦਲ ਦੇ ਪਰਿਵਾਰ ਆ ਵੀ ਦੁੱਲੇ ਦਿਲਾਂ ਦਾ ਕੁਝ ਨਹੀਂ ਵਿਗੜਿਆ, ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਵਾਪਸ ਆ ਜੀ ਉਹਨੂੰ ਬਜ਼ੁਰਗ ਭੁੱਲਿਆ ਨਹੀਂ ਕਹਿੰਦੇ, ਹੁਣ ਕੀ ਹੋਇਆ? ਹੁਣ ਬਿੱਟੂ ਜੀ 2012 ਦੇ ਵਿੱਚ ਐਮ ਐਲ ਏ ਦੀ ਚੋਣ ਲੜਨ ਲਈ ਗਏ ਸੀ, ਕਿਹੜੇ ਹਲਕੇ ਤੋਂ ਭੁੱਲ ਜਾਂਦੇ ਯਾਰ ਤੁਸੀਂ, ਜਲਾਲਾਬਾਦ ਤੋਂ ਗਏ ਸੀ, ਹੁਣ ਚੇਤੇ ਰੱਖਿਓ ਗੱਲ, ਹੁਣ ਸਮਾਂ ਚੇਤਾ ਕਰਨ ਦਾ, ਜਲਾਲਾਬਾਦ ਤੋਂ ਗਏ ਸੀ ਜਿੱਤਣ ਵਾਸਤੇ ਨੀ ਸੁਖਬੀਰ ਬਾਦਲ ਨੂੰ ਜਿਤਾਉਣ ਵਾਸਤੇ, ਆਮ ਆਦਮੀ ਪਾਰਟੀ ਦੀ ਇਹੀ ਚੱਲ ਰਹੀ ਸੀ, ਕਾਂਗਰਸ ਦਾ ਕੋਈ ਲੋਕਲ ਉਮੀਦਵਾਰ ਜਲਾਲਾਬਾਦ ਤੇ ਹੁੰਦਾ ਤੇ ਸਾਰੀ ਵੋਟ ਦਾ ਖਤਰਾ ਸੀ ਕਿ ਘਰ ਨੂੰ ਚਲੇ ਜਾਣੀਆਂ ਕਾਂਗਰਸ ਦਾ ਵੀ ਵੋਟ, ਉਹ ਰੋਕਣ ਵਾਸਤੇ ਵੱਡੇ ਲੀਡਰ ਦੀ ਲੋੜ ਸੀ, ਜਿੱਤੂ ਜੀ ਗਏ ਉੱਥੇ ਕਾਂਗਰਸ ਦੀ ਵੋਟ ਰੋਕੀ ਤੇ ਸੁਖਬੀਰ ਬਾਦਲ ਨੂੰ ਜਿਤਾ, ਹੁਣ ਬਾਦਲਾਂ ਦੇ ਉੱਤੇ ਅਹਿਸਾਨ ਹੈ ਜਿਤਾ ਕੇ ਗਏ ਜਿੱਤੂ ਜੀ, ਅਹਿਸਾਨ ਕਾਰਨ ਵਾਸਤੇ ਬਾਦਲਾਂ ਨੇ ਵੀ 25 ਦਿਨ ਬੜਾ ਰੌਲਾ ਪਾਇਆ ਸੀ, ਦਲਜੀਤ ਜੀ ਮਾਰ ਜੀ ਆ ਰਿਹਾ, ਸਿੰਗਰ ਆ ਰਿਹਾ, ਫਿਲਮਾਂ ਦਾ ਹੀਰੋ ਆ ਰਿਹਾ, ਤਾਂ ਕਿ ਤੁਹਾਨੂੰ ਸੱਤ ਨਾ ਲਵੇ
ਮੇਰੇ ਹਫ਼ਤੇ ਜੇ ਕੋਠੀ ਆ ਉਹਦੀ ਮਦਦ ਤੋਂ ਅੱਜ ਤੱਕ ਆਪਣੇ ਘਰ ਵਾਲੇ ਦੂਸਰੇ ਅਕਾਲੀਦਲ ਨੇ ਬਿਠਾ ਨਹੀਂ ਸਕੇ। ਹੁਣ ਜਿਹੜੇ ਅਕਾਲੀ ਵੀਰ ਆਪਣੇ ਭਰਾ ਨੀ ਦੁਸ਼ਮਣ ਨੀ ਹੈਗੇ। ਮੈਂ ਆਪਣਾ ਦਾਦਾ ਨੀ ਦੇਖਿਆ, ਬਾਪੂ ਉਹਨਾਂ ਨੂੰ ਪੁੱਛ ਲੈਂਦਾ ਸੀ ਪਾਪਾ ਜੀ ਦਾਦਾ ਜੀ ਵੋਟ ਕਿਉਂ ਪਾਉਂਦੇ ਸੀ ਉਹ ਅਕਾਲੀਆਂ ਨੂੰ। ਪਾਪਾ ਜੀ ਤੁਸੀਂ ਆਪਣਾ ਦਾਦਾ ਦੇਖਿਆ ਨਾ ਉਹ ਵੋਟਾਂ ਕਿਉਂ ਪਾਉਂਦੇ ਸੀ ਅਕਾਲੀਆਂ ਨੂੰ। ਇਹ ਦੋਸਤੋ ਨਹੀਂ ਉਹ ਅਕਾਲੀ ਹੈਗੇ, ਇਹਨਾਂ ਨੇ ਅਕਾਲੀ ਦਲ ਦਾ ਇਤਿਹਾਸ ਤੁਰੰਤ ਕੀਤਾ। ਹੁਣ ਅਕਾਲੀ ਵੀਰਾਂ ਨੂੰ ਸਨੇਹ ਕੀ ਆਉਣੇ, ਮੈਨੂੰ ਫੋਨ ਆਉਂਦੇ ਬਹੁਤ ਸਾਰੇ ਅਕਾਲੀ ਵੀਰਾਂ ਦੇ ਵੋਟਾਂ ਦੇ ਜਿਹੜੇ ਦੱਸਣ ਲੱਗ ਗਏ ਬੈਂਕ ਸਾਹਿਬ ਚਿੰਤਾ ਨਾ ਕਰ ਸਾਨੂੰ ਸਨੇਹ ਆਇਆ ਖਾਲਸਾ।